ਹੋ ਗਾਇਜ਼, ਔਰ ਕੀ ਹਾਲ ਚਾਲ। ਮੈਂ ਉਮੀਦ ਕਰਦਾ ਸਾਰੇ ਵਧੀਆ ਹੋਗੇ। ਵੈਲਕਮ ਟੂ ਮਨੀ ਵਲੋਗ। ਅੱਜ ਮੈਂ ਥੋੜ੍ਹਾ ਘਰ ਵਿਹਲਾ ਬੈਠਾ ਹੈ ਅਤੇ ਡੈਡੀ ਕਹਿੰਦੇ ਕਿ ਮੈਂ ਤੋੜਨੀਆਂ ਸਬਜ਼ੀਆਂ, ਅਤੇ ਤੁਹਾਨੂੰ ਵਲੋਗ 'ਚ ਵਿਖਾਈ ਕਿੱਦਾਂ ਦੀਆਂ ਜਿਹੜੀਆਂ ਅਸੀਂ ਉੱਥੋਂ ਲਾਈਆਂ 2 ਮਹੀਨੇ ਪਹਿਲਾਂ। ਅਤੇ ਡੈਡੀ ਹੁਣੀ ਇੱਧਰ ਤੋੜਨ ਦੇ ਸਬਜ਼ੀਆਂ, 1.5-2 ਮਹੀਨੇ ਹੈਗੇ ਜਿਹੜੇ ਉਦੋਂ ਲਾਈਆਂ ਮੈਂ ਅਤੇ ਡੈਡੀ ਨੇ, ਅਤੇ ਬਹੁਤ ਵਧੀਆ ਹੀ ਆ। ਅਤੇ ਥੋੜ੍ਹੀ ਬਹੁਤੇ ਖਾ ਵੀ ਲਈਆਂ ਵਿੱਚ ਆਖ, ਡੈਡੀ ਹੁਣੀ ਹੁਣ ਕੱਢਣ ਦੇ ਆ ਗੋਭੀ। ਹੈਂ, ਬਹੁਤ ਵਧੀਆ ਗੋਭੀ ਹੀ ਘਰੇ, ਡੈਡੀ ਖੁਸ਼ ਬੜੇ। ਸਾਰੀਆਂ ਸਬਜ਼ੀਆਂ ਘਰ ਦੀਆਂ ਜਿਹੜੀਆਂ ਵੀ ਸਿਆਲ 'ਚ ਹੁੰਦੀਆਂ ਵਾ, ਅਤੇ ਇਹ ਬਹੁਤ ਵਧੀਆ ਗੱਲ ਹੈ ਜੀ। ਘਰੇ ਜਿੱਦਾਂ ਹੁਣ ਇਹ ਸਪਰੇਅ ਨਹੀਂ ਕੀਤੀ ਇਹਨਾਂ ਨੇ ਕੋਈ ਵੀ, ਘਰੇ ਅਸੀਂ ਲਾਈਆਂ ਸੀ, ਅਤੇ ਜਿੱਦਾਂ ਬਾਹਰੋਂ ਲੈਂਦੇ ਹਾਂ ਉਹ ਸਪਰੇਅ ਵਾਲੀਆਂ ਹੁੰਦੀਆਂ, ਅਤੇ ਬਹੁਤ ਹੈਲਦੀ ਆ। ਅਤੇ ਸਾਰਿਆਂ ਨੂੰ ਹੀ ਘਰੇ ਲਾਉਣੀਆਂ ਚਾਹੀਦੀਆਂ ਵਾ ਸਬਜ਼ੀ। ਅਤੇ ਗੋਭੀ ਡੇ ਤੋੜਨ 'ਤੇ ਮੂਲੀਆਂ ਵੀ ਪੁੱਟਣੀਆਂ ਆਉਂਦੀਆਂ, ਅਤੇ ਪਰੌਂਠੇ ਅੱਜ ਰਾਤ ਨੂੰ ਗੋਭੀ ਬਣੂਗੀ, ਅਤੇ ਸਵੇਰੇ ਮੂਲੀਆਂ ਦੇ ਪਰੌਂਠੇ। ਮੈਂ ਤਾਂ ਨਹੀਂ ਖਾਂਦੇ ਅਜੇ, ਅਤੇ ਕਰਨ ਖਾਊਗਾ, ਡੈਡੀ ਖਾਣਗੇ ਵੀ। ਸੰਡੇ ਖਾਊਂਗਾ ਕਿਉਂਕਿ ਮੈਂ ਜ਼ਿਆਦਾ ਨਹੀਂ ਖਾਂਦਾ, ਹਫ਼ਤੇ 'ਚ ਇੱਕ ਅੱਧੀ ਹੀ ਖਾਂਦਾ ਵਾ, ਸੋ ਉਦੋਂ ਹੀ ਖਾਊਂਗਾ। ਪਹਿਲਾਂ ਕਰਨ ਦੀ ਵੇਟ, ਜਦੋਂ ਆਇਆ ਫਿਰ ਅਸੀਂ ਇੱਥੋਂ ਨਿਕਲਣਾ ਜਿੰਮ, ਅੱਜ ਟ੍ਰੇਨ ਕਰਨੀ ਸੀ ਚੈਸਟ, ਅਤੇ ਤੁਹਾਨੂੰ ਥੋੜ੍ਹਾ ਬਹੁਤਾ ਚੈਸਟ ਦਾ ਵਰਕਆਊਟ ਵੀ ਦਿਖਾਵਾਂਗੇ। ਅਸੀਂ ਲੱਗੇ ਹਾਂ ਨਿਕਲਣ ਘਰੋਂ, ਡੇ ਜੀ ਆ ਗਿਆ ਸੀ, ਅਤੇ ਕੁਲਤਾਰ ਨੂੰ ਆਵਾਜ਼ ਮਾਰਦਾ ਮੈਂ, ਅਤੇ ਫਿਰ ਅਸੀਂ ਨਿਕਲਦੇ ਘਰੋਂ। ਪਹੁੰਚ ਗਏ ਜੀ ਜਿੰਮ। ਅੱਜ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਂ ਚੈਸਟ ਟ੍ਰੇਨ ਕਰਨੀ ਨਾਲ ਟ੍ਰਾਈਸੈਪ। ਡੇਜੀ ਕੀ ਕਰਨਾ ਟ੍ਰੇਨ, ਕਿੱਦਾਂ ਡਿਸਾਈਡ ਕੀਤਾ ਸ਼ੌਕ ਕਰਨਾ ਠੀਕ? ਅਜੇ ਤਾਂ ਡਿਸਾਈਡ ਨਹੀਂ ਕੀਤਾ ਸ਼ੌਕ ਕਰਨਾ ਸਿੱਧਾ ਮਸਲ ਨੂੰ। ਸੋ ਵੇਨੇ ਕੀ ਕਰਦੇ ਟ੍ਰੇਨ, ਇੱਧਰ ਆ ਕੇ ਵਾਰਮ ਅਪ ਹੁੰਦੇ ਤਾਂ ਡਿਸਾਈਡ ਕਰਨ, ਡਿਸਾਈਡ ਹੋਇਆ ਕੀ ਲਾਉਣਾ ਕਿ ਸਿੱਧਾ ਸ਼ੌਕ ਹੀ ਕਰਨਾ। ਕੀ ਕਰਨਾ ਟ੍ਰੇਨ, ਚੈਸਟ ਟ੍ਰੇਨ ਕਰਨੀ ਹੈ। ਚਲੋ ਠੀਕ ਆ, ਰੈਸਲਿੰਗ ਹੁੰਦਾ ਵੀ ਕਰਨ, ਚੈਸਟ ਵੇਲ ਲੱਗੀ ਤਾਂ ਰੈਸਲਿੰਗ ਹੁੰਦਾ ਵੀ। ਉਤਾਰ ਵੀ ਆ ਗਿਆ ਥੋੜ੍ਹਾ ਲੇਟ ਹੈ, ਅਤੇ ਪਾਪਾ ਨੇ ਖੜਿਆ ਸੀ ਇਹਦਾ ਮੋਟਰਸਾਈਕਲ। ਇਹ ਵੀ ਆ ਗਿਆ, ਕੀ ਟ੍ਰੇਨ ਕਰਨਾ ਤੂੰ ਅੱਜ? ਇਹ ਕਰੂਗਾ ਅੱਜ ਬੈਕ ਟ੍ਰੇਨ। ਅਤੇ ਅਸੀਂ ਕਿੰਨੇ ਦਿਨਾਂ ਬਾਅਦ ਜਿੰਮ ਆਏ ਹਾਂ, ਕਿਉਂਕਿ ਜਿੰਮ ਬੰਦ ਸੀ, ਜਿਹੜਾ ਜਿੰਮ ਦਾ ਓਨਰ ਉਹਦਾ ਵਿਆਹ ਸੀ। ਸੋ ਅਸੀਂ ਟ੍ਰੇਨ ਕਰਨੇ ਬੰਬੀ 'ਤੇ, ਉੱਥੇ ਐਡਾ ਵਧੀਆ ਵਰਕਆਊਟ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਵੇਟ ਬਹੁਤ ਜ਼ਿਆਦਾ ਨਹੀਂ ਹੈਗਾ। ਤਾਂ ਅੱਜ ਆਏ ਹਾਂ 3 ਦਿਨਾਂ ਬਾਅਦ ਅਸੀਂ ਇੱਥੇ ਜਿੰਮ, ਥੋੜ੍ਹਾ ਜਿਹਾ ਵਧੀਆ ਫੀਲ ਹੁੰਦਾ। ਤੁਹਾਡੇ ਜੀ ਤੇਰੀ ਫੇਵਰੇਟ ਥਿੰਗ ਲੱਭ ਗਈ? ਜਿਵੇਂ ਅਜੇ ਮੇਰੇ ਵੋਮ ਅਪ ਦੇ ਸੈੱਟ ਚੱਲਦੇ ਆ, ਮੈਂ 4 ਸੈੱਟ ਲਾਉਣੇ ਆ ਵੋਮ ਅਪ ਦੇ, ਫਿਰ ਕਰਾਂਗੇ ਪਹਿਲੇ ਸੈੱਟ ਸਟਾਰਟ। ਅਤੇ ਮੈਂ ਇਨਕਲਾਈਨ ਬੈਂਚ 'ਤੇ ਲਾਉਂਦਾ, ਸਟਾਰਟਿੰਗ ਮੈਂ ਇਨਕਲਾਈਨ ਬੈਂਚ ਤੋਂ ਕਰਦਾ ਕਿਉਂਕਿ ਮੇਰੀ ਜਿਹੜੀ ਅਪਰ ਚੈਸਟ ਥੋੜ੍ਹੀ ਵੀਕ ਆ, ਸੋ ਮੈਂ ਟਰਾਈ ਕਰਨਾ ਕਿ ਇਹਨੂੰ ਇੰਪਰੂਵ ਕਰਾਂ। ਅੱਜ ਜਿੰਮ ਜਾ ਕੇ ਬੜਾ ਮਜ਼ਾ ਆਉਂਦਾ ਕਿਉਂਕਿ ਮੈਨੂੰ ਇਹ ਵਾਈਬਸ ਹੀ ਆਉਂਦੀ ਕਿ ਅੱਜ ਬਹੁਤ ਵਧੀਆ ਵਰਕਆਊਟ ਹੋਊਗਾ। Clear, you deserve to be great. I know it feels like things get in your way.
ਲਓ ਜੀ ਵਰਕਆਊਟ ਹੋ ਗਿਆ ਡਨ ਹੁਣ ਅਸੀਂ ਨਿਕਲ ਲੱਗੇ ਹਾਂ ਇੱਥੇ ਜਾਣਾ ਅਮੂਲ ਤਾਂ ਸਮਾਨ ਲੈਣਾ ਥੋੜ੍ਹਾ ਜਿਹਾ ਅਤੇ ਨਾਲੇ ਰਾਜਨ ਕੋਲ ਜਾਣਾ ਵਾ ਡੇਜੀ ਦੀ ਥੋੜ੍ਹੀ ਪਰਸਨਲ ਥਿੰਗਸ ਆ ਕਿੱਦਾਂ ਲੱਗਿਆ ਜੀ ਵਰਕਆਊਟ ਵਧੀਆ ਉਹ ਜੀ ਪਹਿਲਾਂ ਚੱਲੇ ਅਸੀਂ ਰਾਜਨ ਕੋਲ ਅਤੇ ਫਿਰ ਜਾਵਾਂਗੇ ਅਸੀਂ ਅਮੂਲ ਦੇ ਇੱਥੋਂ ਆਪਾਂ ਪੇ ਥੋੜ੍ਹਾ ਸਮਾਨ ਲੈਣਾ ਘਰ ਦਾ ਅਤੇ ਉੱਥੇ ਚੱਲੇ ਵਾਸ ਹੁਣ ਨਿਕਲ ਗਏ ਪਹੁੰਚ ਗਏ ਰਾਹੁਲ ਦੀ ਦੁਕਾਨ 'ਤੇ ਰਾਜਨ ਨਹੀਂ ਖੜੇ ਡੇਜੀ ਨੂੰ ਥੋੜ੍ਹੀ ਜਿਹੀ ਪਰਸਨਲ ਗੱਲਾਂ ਕਰਨੀਆਂ ਰਾਜਨ ਅਤੇ ਆ ਗਿਆ ਡੇਜੀ ਇੱਦਾਂ ਸਾਨੂੰ ਲੱਗਦਾ ਨਾ ਇੱਦਾਂ ਤੂੰ ਕਿੱਦਾਂ ਬਣਾਉਣਾ ਚੱਲ ਕਰ ਕਰ ਆਪਣੀਆਂ ਫੋਟੋਆਂ ਸਾਰੀਆਂ ਚੁੱਕ ਦੇਣੀਆਂ ਇਹਦੇ ਚੋਂ ਰਾਜਨ ਗੁੱਸੇ ਹੋ ਗਿਆ ਇੰਸਟਾਗ੍ਰਾਮ ਕੱਟ ਦੇਣਾ ਮੈਂ ਗੋਲਡਨ ਪੱਗ ਸੀਗੀ ਬਲੈਕ ਕਮੀਜ਼ ਹੈ ਨਾ ਵਰਸੈਚੀ ਲਿਖਿਆ ਤੇ ਤੇ ਯਾਰ ਕੀ ਉਹਦਾ ਨਾਮ ਆ ਜਿਹੜੀ ਮੈਂ ਪਾਈ ਜਿਹੜੀ ਉੱਥੇ ਯਾਰ ਪ੍ਰੋਗਰਾਮ ਤੇ ਪੈਂਟ ਪਾਈ ਸੀ ਉਹਦੇ ਆਪਣੀ ਦੁਕਾਨ ਤੋਂ ਰਾਹੁਲ ਦੀ ਦੁਕਾਨ ਤੇ ਬਿਗ ਫੈਨ ਸਰ ਬਿਗ ਫੈਨ ਇੱਥੇ ਇੱਕ ਤਾਂ ਅਸੀਂ ਲੈਣੀ ਤੂੰ ਪੇਸ ਅਤੇ ਇੱਕ ਥੋੜ੍ਹਾ ਮੈਂ ਸਨੈਕਸ ਲੈਣਾ ਨਾ ਥੋੜ੍ਹਾ ਥੋੜ੍ਹਾ ਖਾਣਾ ਮੈਂ ਜ਼ਿਆਦਾ ਨਹੀਂ ਖਾਣਾ ਅਤੇ ਇਹ ਲੈ ਕੇ ਹੁਣ ਫਿਰ ਨਿਕਲਦੇ ਘਰ ਨੂੰ ਤੂੰ ਲੈਣਾ ਕੋ ਹੈ ਤੂੰ ਦਾਦੇ ਕਿਉਂ ਫਿਰ ਲੈ ਕੇ ਚੱਲੀ ਕੀ ਫਰੂਟ ਕੇਕ ਲੈਣਾ ਉਹਦੀ ਸਮਾਨ ਲੈ ਲਿਆ ਮੂੰਹ ਪਤਾ ਲੱਗੇ ਨਿਕਲ ਘਰ ਉਹਦੀ ਪਹੁੰਚ ਗਈ ਘਰੇ ਅਤੇ ਹੁਣ ਮੈਂ ਸਮਾਨ ਰੱਖ ਕੇ ਆਪਣਾ ਸ਼ੇਕ ਦੇਣਾ ਕਾਫੀ ਦੇਰ ਹੋ ਗਈ ਤੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਤਦ ਤੱਕ ਲਈ।